ਬੰਦ ਕਰ ਦੇਣ ਨੂੰ ਇੱਥੇ ਬੰਦ ਕੰਮੀ ਬੰਦ ਕਰ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਜਿਹੜਾ ਪੁਲਸ ਨੇ ਨਵਾਂ ਪਰਚਾ ਪਾਇਆ ਉਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਪੰਜਾਬ ਪੁਲਿਸ ਨੇ ਬੜੀ ਜਿਹੜੀ ਕਾਲੀ ਦਿਖਾਈ ਆ ਪਰਚਾ ਪਾਉਣ ਦੇ ਵਿੱਚ ਬੜਾ ਹੀ ਮੈਂ ਬਹੁਤ ਵੱਡਾ ਕ੍ਰਿਮੀਨਲ ਬੰਦਾ ਮੈਂ ਬਹੁਤ ਵੱਡੇ ਮੈਂ ਨਸ਼ਾ ਤਸ਼ਕਰਾ ਮੈਂ ਬਹੁਤ ਲੋਕਾਂ ਦਾ ਪੈਸਾ ਖਾ ਗਿਆ ਮੈਂ ਤਾਂ ਸਾਰੇ ਕਾਨੂੰਨ ਬਹੁਤ ਸਾਰੇ ਭੰਗ ਕੀਤੇ ਨੇਗੇ ਤਾਂ ਕਰਕੇ ਮੇਰੇ ਤੇ ਪੰਜਾਬ ਪੁਲਿਸ ਨੇ ਪਰਚਾ ਪਾਉਣ ਦੇ ਵਿੱਚ ਬੜੀ ਤੇਜ਼ੀ ਦਿਖਾਈ ਆ ਇਹ ਗੱਲ ਪੂਰੇ ਪੰਜਾਬ ਦੇ ਵਿੱਚ ਜਾਣੀ ਚਾਹੀਦੀ ਹੈ ਪੰਜਾਬ ਪੁਲਿਸ ਕਹਿੰਦੀ ਸਾਡਾ ਅਕਸ ਖਰਾਬ ਹੁੰਦਾ ਵੀ ਜੋ ਗੱਲ ਉਹਨਾਂ ਨੇ ਜਿਹੜੋ ਮੇਰੀ ਵੀਡੀਓ ਚੱਲ ਰਹੀ ਹੈ ਉਹਦੇ ਕਰਕੇ ਅਸੀਂ ਭਾਨੇ ਸਿੱਧੂ ਦੇ ਪਰਚਾ ਪਾਇਆ ਮੈਂ ਪੰਜਾਬ ਪੁਲਿਸ ਨੂੰ ਇਹ ਪੁੱਛਣਾ ਚਾਹਣਾ ਸਤਿਕਾਰਯੋਗ ਸਾਡੇ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹਣਾ ਮੈਂ ਆਮ ਆਦੀ ਪਾਰਟੀ ਨੂੰ ਪੁੱਛਣਾ ਚਾਹਣਾ ਜਿਹੜੀਆਂ ਕਿ ਜਲੰਧਰ ਵਾਲੀ ਜਿਮਣੀ ਚੋਣ ਜਿੱਤੀ ਆ ਉਹਦੇ ਬਾਰੇ ਵੀ ਮੈਂ ਗੱਲਬਾਤ ਕਰੂੰਗਾ ਕਿਵੇਂ ਜਿੱਤੀ ਹੈ ਇਹਨਾਂ ਨੇ ਉਸਦੇ ਬਾਰੇ ਵੀ ਆ ਜਿਹੜਾ ਇਹਨਾਂ ਨੇ ਨਵਾਂ ਪਰਚਾ ਪਾਇਆ ਚਲੋ ਮੇਰੇ ਤੇ ਪਰਚਾ ਨਾ ਨੇ ਪਾਤਾ ਮੇਰਾ ਭਰਾ ਵੀ ਨਹੀਂ ਬਖਸ਼ਿਆ ਯਾਰ ਮੇਰੇ ਭਰਾ ਦਾ ਕੀ ਕਸੂਰ ਆ ਮੇਰੇ ਭਰਾ ਤੇ ਤੁਸੀਂ ਪਰਚਾ ਪਾਤਾ ਦੋ ਮੇਰੀਆਂ ਭੈਣਾਂ ਸੇ ਉਹਨਾਂ ਦੇ ਵੀ ਪਰਚਾ ਪਾਣਦੇ ਇੱਕ ਮੇਰਾ ਬਾਪ ਆ ਉਹਦੇ ਵੀ ਪਰਚਾ ਪਾਣਦੇ ਸਾਰਾ ਟੱਪਰੀ ਸਾਡਾ ਨੂੜ ਕੇ ਅੰਦਰ ਸਿਰਦੋ ਯਾਰ ਜੇ ਕੋਈ ਐਡੀ ਅਸੀਂ ਕ੍ਰਿਮੀਨਲ ਆ ਐਡੇ ਵੱਡੇ ਦੋਸਤੀਆਂ ਅਸੀਂ ਪੰਜਾਬ ਪੁਲਿਸ ਨੇ ਜਿਹੜਾ ਪਰਚਾ ਪਾਇਆ ਹੈ ਜਿਹੜੇ ਬੰਦੇ ਦੇ ਕਹਿਣ ਤੇ ਜਿਹੜੇ ਬੰਦੇ ਤੋਂ ਕਹਾ ਕੇ ਪਰਚਾ ਪਵਾਇਆ ਪਹਿਲਾਂ ਤਾਂ ਤੋਂ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਨੇਗੇ ਐਮਐਲ ਨੇਗੇ ਉਹ ਮੇਰੇ ਖਿਲਾਫ ਉਹਨੂੰ ਲਾਈਵ ਕਰ ਰਹੇ ਨੇਗੇ ਭਾਨੇ ਸੁੱਧ ਦੇ ਖਿਲਾਫ ਉਹ ਪੰਜਾਬ ਪੁ ਇੱਕ ਬੰਦਾ ਲਾਈਵ ਹੋ ਕੇ ਉਹਦੇ ਤੋਂ ਪਹਿਲਾਂ ਤਾਂ ਮੇਰੇ ਖਿਲਾਫ ਬੁਲਾਇਆ ਜਦੋਂ ਮੈਥੋਂ ਉਹਦੀਆਂ ਬੋਲੀਆਂ ਗੱਲਾਂ ਨਾ ਛੱਲੀਆਂ ਗਈਆਂ ਜਦੋਂ ਮੈਂ ਦੱਸਿਆ ਤਾਂ ਫਿਰ ਹੁਣ ਫੜ ਕੇ ਪਹਿਲਾਂ ਤਾਂ ਮੈਥੋਂ ਪਹਿਲਾਂ ਤਾਂ ਉਹਨੂੰ ਮੇਰੇ ਖਿਲਾਫ ਬੁਲਾ ਕੇ ਮੇਰੇ ਤੇ ਬੁਲਾਇਆ ਤੇ ਮੈਂ ਜਦੋਂ ਸਿੱਧਾ ਰਿਪਲਾਈ ਦਿੱਤਾ ਤੇ ਫਿਰ ਫੜ ਕੇ ਮੇਰੇ ਤੇ ਪਰਚਾ ਪਾਇਆ ਪਹਿਲੀ ਗੱਲ ਤਾਂ ਮੈਂ ਪੁੱਛਣਾ ਚਾਹਣਾ ਸਤਿਕਾਰਯੋਗ ਸਾਡੇ ਐਸਐਸਬੀ ਸਾਹਿਬ ਨੂੰ ਮਾਣਯੋਗ ਡੀਜੀਪੀ ਨੂੰ ਜਿਨ੍ਹਾਂ ਦੇ ਹੁਕਮਾਂ ਤੇ ਇਹ ਪਰਚਾ ਹੋਇਆ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਵੀ ਜਿਹੜੇ ਬੰਦੇ ਨੇ ਮੇਰੇ ਤੇ ਪਰਚਾ ਦਰਜ ਕਰਾਇਆ ਮੇਰਾ ਤੇ ਉਹਦਾ ਅਕਸ ਦੇਖ ਲਓ ਪੰਜਾਬ ਮੇਰਾ ਤੇ ਉਹ ਮੇਰਾ ਤੇ ਉਹਦਾ ਰਤਬਾ ਦੇਖ ਲਓ ਕੀ ਆ ਪੰਜਾਬ ਦੇ ਵਿੱਚ ਉਹ ਬੰਦਾ ਰੋਜ਼ ਸ਼ਰਾਬ ਪੀ ਕੇ ਡੱਕ ਕੇ ਨੌਕਰੀ ਤੇ ਜਾਂਦਾ ਗਰਮੇਲ ਸਿੰਘ ਰੋਜ਼ ਡੱਕ ਕੇ ਨੌਕਰੀ ਤੇ ਜਾਂਦਾ ਹੋ ਫੇਰ ਆ ਕੇ ਉਹਨੂੰ ਜਾਤੀ ਸੂਤਕ ਸੂਚਕ ਸ਼ਬਦ ਬੋਲੇ ਉਸ ਬੰਦੇ ਨੂੰ ਜਿਹੜਾ ਬੰਦਾ ਰੋਜ਼ ਗੁਰਬਾਣੀ ਨੂੰ ਸਮਰਪਿਤ ਆ ਰੋਜ਼ ਬੰਦਾ ਪਾਠ ਪੂਜਾ ਕਰਦਾ ਜਿਸ ਨੂੰ ਜਿਸ ਦਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸਿਖਾਉਂਦੇ ਨੇਗੇ ਕਿ ਇਸ ਮਾਨਸ ਕੀ ਸਭ ਜਾਤ ਇੱਕ ਇੱਕ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਰਚੀ ਹੋਈ ਆ ਇੱਕ ਜਾਤਾਂ ਪਾਤਾਂ ਦੀ ਜਿਹੜੀ ਗੱਲ ਜਾਤਾਂ ਪਾਤਾਂ ਨੂੰ ਕੋਹਾਂ ਦੂਰ ਲੈ ਕੇ ਜਿਹੜੀ ਬਾਣੀ ਜਾਂਦੀ ਆ ਉਹ ਬੰਦਾ ਕਿਸ ਨੂੰ ਜਾਤੀ ਸੂਚਕ ਸ਼ਬਦ ਬੋਲੂਗਾ ਤੁਸੀਂ ਮੇਰੇ ਤੇ ਪਰਚਾ ਪਾਇਆ ਹੈ ਅੱਜ ਪੰਜਾਬ ਪੁਲਿਸ ਮੈਨੂੰ ਫੜਨ ਨੂੰ ਭੱਜੀ ਫਿਰਦੀ ਆ ਮਾਨਯੋਗ ਐਸਐਸਪੀ ਸਾਹਿਬ ਨੇ ਪੁੱਛਣਾ ਚਾਹਣਾ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਵਿਕ ਰਿਹਾ ਕੋਈ ਤੁਸੀਂ ਨਸ਼ਾ ਤਸਕਰ ਫੜ ਕੇ ਨਸ਼ਾ ਪੰਜਾਬ ਦੇ ਵਿੱਚ ਬੰਦ ਹੋਇਆ ਹੈ ਪੰਜਾਬ ਦੇ ਵਿੱਚ ਕਿੰਨਾ ਕ੍ਰਾਈਮ ਹੋ ਰਿਹਾ ਤੁਸੀਂ ਉਹਦੇ ਤੇ ਕੋਈ ਫਰਚਾ ਫੜ ਕੇ ਪਾਇਆ ਜੇ ਕੋਈ ਪੰਜਾਬ ਦਾ ਨੌਜਵਾਨ ਪੰਜਾਬ ਦੀ ਗੱਲ ਕਰਦਾ ਤਾਂ ਤੁਸੀਂ ਰਾਜਨੀਤਿਕ ਪਾਰਟੀਆਂ ਦੀ ਸ਼ਹਿਤ ਤੇ ਐਮਐਲਏ ਨੇ ਸੱਤਾ ਦੀ ਹਕੂਮਤ ਦੀ ਸ਼ਹਿਤ ਤੇ ਤੁਸੀਂ ਪੰਜਾਬ ਦੇ ਨੌਜਵਾਨ ਤੇ ਪੜ ਕੇ ਪਰਚਾ ਪਾਉਣੀ ਮੈਂ ਆਸਟ੍ਰੇਲੀਆ ਧਰਤੀ ਛੱਡ ਕੇ ਇਸ ਕਰਕੇ ਆਇਆ ਮੈਂ ਆਸਟ੍ਰੇਲੀਆ ਉੱਤਰੇ ਨੂੰ ਮੈਨੂੰ ਇੱਕ ਇੱਕ ਦਿਨ ਵੀ ਨਹੀਂ ਹੋਇਆ ਤੁਸੀਂ ਮੇਰੇ ਤੇ ਫੜ ਕੇ ਪਰਚਾ ਪਾਤਾ ਮੈਂ ਆਸਟ੍ਰੇਲੀਆ ਛੱਡ ਕੇ ਇਸ ਕਰਕੇ ਆਇਆ ਮਾਨਜੋਗ ਐਸਐਸਪੀ ਸਾਹਿਬ ਗੱਲ ਸੁਣ ਲਓ ਮੈਂ ਮੈਂ ਚਾਹੁੰਦਾ ਸੀਗਾ ਕਿ ਮੇਰੇ ਦਰਖਤ ਇੱਥੇ ਸੁੱਕੀ ਜਾਂਦੇ ਨੇਗੇ ਮ ਉਹਨਾਂ ਦੇ ਵਿੱਚ ਆ ਕੇ ਪਾਣੀ ਮੇਰੇ 4-5 ਕਲੈਂਟ ਦਰਖਤ ਲਾਏ ਹੋਨੇ ਮੈਂ ਚਾਹੁੰਦਾ ਸੀਗਾ ਕਿ ਹੋਰ ਮੇਰੇ ਕੰਮ ਕਰਨੇ ਨੇਗੇ ਮੈਂ ਇਸ ਕਰਕੇ ਉੱਥੇ ਛੱਡ ਗਿਆ ਮੈਂ ਉੱਥੇ ਪੈਸਾ ਕਮਾਉਣ ਨੂੰ ਰਹਿਣ ਨੂੰ ਮੈਂ ਤਾਂ ਜੋ ਮਰਜੀ ਰਹੀ ਜਾਂਦਾ ਮੇਰੇ ਕੋਲ ਹਜੇ ਕਿੰਨਾ ਟਾਈਮ ਦਾ ਮੇਰੇ ਕੋਲ ਵੀਜ਼ਾ ਹੀ ਪਿਆ ਆਸਟ੍ਰੇਲੀਆ ਦਾ ਜਿਸ ਧਰਤੀ ਤੇ ਜਾਣ ਨੂੰ ਨੌਜਵਾਨ ਤਰਸਦੇ ਨੇਗੇ ਮੈਂ ਉਹ ਧਰਤੀ ਨੂੰ ਛੱਡ ਕੇ ਆ ਬਈ ਯਾਰ ਮੈਂ ਤਾਂ ਉਹਦੇ ਪੰਜਾਬ ਵਾਪਸ ਜਾਣਾ ਮੇਰੇ ਦਿਲ ਨੂੰ ਲੱਗਦਾ ਉੱਥੇ ਜਾ ਕੇ ਕੰਮ ਕਰੂੰ ਅੱਜ ਤਿੱਕਰ ਇਹਨੂੰ ਵੀਡੀਓ ਨੂੰ ਸਾਂਝੀ ਕਰੀ ਜਾਣਾ ਜਿੰਨੇ ਵੀ ਪੰਜਾਬ ਪ੍ਰਸਤ ਪੰਜਾਬ ਦੀ ਲੋਕ ਲੋਕ ਇਸ ਸੱਚ ਨੂੰ ਪਸੰਦ ਕਰਦੇ ਨੇ ਨਾ ਮੈਂ ਆਮ ਆਦੀ ਪਾਰਟੀ ਵਾਲਿਆਂ ਨੂੰ ਵੀ ਕਹਿਣਾ ਚਾਹਣਾ ਗੱਲ ਸੁਣ ਲਿਓ ਧਿਆਨ ਨਾਲ ਜਿਹੜੇ ਅਸੀਂ ਅੰਨੇ ਬੋਲੇ ਹੋਏ ਵਰਕਰ ਭੇਡਾਂ ਬਣੇ ਅਸੀਂ ਤੁਰੇ ਫਿਰਦੇ ਹਾਂ ਅੱਗੇ ਰਾਜਨੀਤਿਕ ਪਾਰਟੀਆਂ ਕੇ ਮੈਂ ਕਲਾ ਆਮ ਆਦੀ ਪਾਰਟੀ ਦੇ ਖਿਲਾਫ ਨਹੀਂ ਜਦੋਂ ਮੈਂ ਬਾਦਲਾਂ ਦੇ ਖਿਲਾਫ ਬੋਲਦਾ ਹੁੰਦਾ ਸੀ ਤਾਂ ਭਗਮੰਤਮਾਨ ਨੂੰ ਮੈਨੂੰ ਸਵਾ ਸਹੀ ਦਿੰਦਾ ਹੁੰਦਾ ਸੀਗਾ ਵੀ ਯਾਰ ਤੂੰ ਬਹੁਤ ਚੰਗਾ ਪੰਜਾਬ ਦੇ ਜਿਹੜੇ ਗਲਤ ਸਿਸਟਮ ਦੇ ਖਿਲਾਫ ਬੋਲ ਰਿਹਾ ਜਦੋਂ ਮੈਂ ਕਾਂਗਰਸ ਦੇ ਖਿਲਾਫ ਬੋਲਦਾ ਤਾਂ ਵੀ ਭਗਮੰਤਮਾਨ ਕਹਿੰਦਾ ਤੂੰ ਬਹੁਤ ਚੰਗਾ ਕੰਮ ਕਰ ਰਿਹਾ ਅੱਜ ਜੇ ਮੈਂ ਥੋੜੀਆਂ ਗਲਤ ਨੀਤੀਆਂ ਦੇ ਖਿਲਾਫ ਬੋਲ ਰਿਹਾ ਤਾਂ 2014 ਦੇ ਵਿੱਚ ਮੈਂ ਆਮ ਆਦੀ ਪਾਰਟੀ ਹਜੇ ਭਗਮੰਤਮਨ ਨੂੰ ਟਿਕਟੋਂ ਤੋਂ ਮਿਲੀ ਨਹੀਂ ਸੀਗੀ ਮੈਂ ਉਹਦਾ ਮੋਟਰਸਾਈਕਲਾਂ ਤੇ ਫਿਰਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਿਆ ਸੀ ਆਮ ਆਦੀ ਪਾਰਟੀ ਦਾ ਸੁਣ ਲਓ ਜਿਹੜੇ ਆਮ ਆਦੀ ਪਾਰਟੀ ਦੇ ਅੰਨੇ ਵਰਕਰ ਘਾਉਂਦੇ ਹੋ ਨਾ ਅੰਨੀਆਂ ਭੇਡਾਂ ਹੋਈਆਂ ਤੁਰੇ ਫਿਰਦੇ ਨੇ ਮੇਰੇ ਖਿਲਾਫ ਕਮੈਂਟ ਕਰਦੇ ਨੇਗੇ ਮੈਂ 2014 ਦੇ ਵਿੱਚ ਉਦੋਂ ਭਗਮੰਤਮਨ ਨੂੰ ਸੰਗਰੂਰ ਤੋਂ ਟਿਕਟ ਮਿਲੀ ਨਹੀਂ ਸੀ ਮੈਂ ਪਹਿਲਾਂ ਪਿੰਡਾਂ ਦੇ ਵਿੱਚ ਅਸੀਂ ਬਰਨਾਲੇ ਦੇ ਵਿੱਚ ਦਫ਼ਤਰ ਪਹਿਲਾਂ ਖੋਲ੍ਹਤਾ ਸੀ ਅਸੀਂ ਮਨਿੰਦਰ ਬਿੱਟਾ ਸੀਗਾ ਜਦੋਂ ਪਹਿਲੀ ਵਾਰ ਕੇਸਰੀਵਾਲ ਪੰਜਾਬ ਦੇ ਵਿੱਚ ਆਉਂਦਾ ਡਾਕਟਰ ਅੰਮਰਸਰਾ ਡਾਕਟਰ ਆ ਅੱਖਾਂ ਦਾ ਡਾਕਟਰ ਆ ਉਹਦੇ ਘਰੇ ਆਉਂਦਾ ਉਦੋਂ ਅਸੀਂ 10-12 ਬੰਦੇ ਸੀਗੇ ਜਿਹੜੇ ਅਸੀਂ ਉਹਦੇ ਕੋਠੀ ਦੇ ਵਿੱਚ ਸੀਗੇ ਉਦੋਂ ਕੋਈ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਵੱਡੇ-ਵੱਡੇ ਵਰਕਰ ਐਮਐਲਏ ਘੋਂਦ ਨੇ ਉਹਨਾਂ ਨੂੰ ਕੇਸਰੀਵਾਲ ਨੂੰ ਕੋਈ ਬੰਦਾ ਨਹੀਂ ਸੀ ਮਿਲ ਸਕਦਾ ਉਦੋਂ ਮੈਂ ਮਿਲ ਉਹਦੇ ਡਾਕਟਰ ਉਹਦੇ ਘਰੇ ਸੀਗਾ ਮੈਂ ਸੀਗਾ ਮਨਿੰਦਰ ਬਿੱਟਾ ਸੀ ਬਰਨਾਲੇ ਵਾਲੇ ਜਿੰਨੇ ਸੀ ਵੀ ਅਸੀਂ ਅਸੀਂ ਐਕਟਿਵ ਬੰਦੇ ਸੀਗੇ ਅਸੀਂ ਉਹਦੇ ਘਰੇ ਸੀ ਕੇਸਰੀਵਾਲ ਤੋਂ ਟ੍ਰੇਨ ਤੇ ਆਇਆ ਸੀ ਉਦੋਂ ਕੇਸਰੀਵਾਲ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਢੀੜਾ ਕੱਟ ਭਗਵਾਨਤਮਨ ਜਦੋਂ ਭਗਵਾਨਤਮਨ ਨੂੰ ਪਹਿਲੀ ਵਾਰੀ ਮੈਨੂੰ 2014 ਦੇ ਵਿੱਚ ਫੋਨ ਆਉਂਦਾ ਪਹਿਲੀ ਵਾਰੀ ਮੇਰੇ ਪਿੰਡ ਆਉਂਦਾ ਮੈਨੂੰ ਫੋਨ ਕਰਦਾ ਤੂੰ ਭਾਨਾ ਸਿੱਧੂ ਬਹੁਤ ਚੰਗਾ ਕੰਮ ਕਰ ਰਿਹਾ ਅੱਜ ਅੱਜ ਭਾਨਾ ਸਿੱਧੂ ਮਾੜਾ ਹੋ ਗਿਆ ਅੱਜ ਤੁਸੀਂ ਉਹਦੇ ਖਿਲਾਫ ਫੜਫੜ ਪਰਚੇ ਪਾਈ ਜੰਨੇ ਹੋ ਤੁਸੀਂ ਕੀ ਕਹਿੰਦੇ ਮੇਰਾ ਭਰਾ ਵੀ ਨਹੀਂ ਬਕਸਿਆ ਯਾਰ ਤੁਸੀਂ ਮੇਰੇ ਭਰਾ ਦਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ ਯਾਰ ਮੇਰਾ ਭਰਾ ਕਿਹੜਾ ਵੀਡੀਓ ਦੇ ਵਿੱਚ ਆਇਆ ਤੁਸੀਂ ਉਹਦੇ ਦੇ ਕਹਿਣ ਤੇ ਉਹਦੇ ਕੇਐਸਏ ਦੇ ਸ਼ਰਾਬੀ ਬੰਦੇ ਦੇ ਕਹਿਣ ਤੁਸੀਂ ਮੇਰੇ ਤੇ ਫੜ ਕੇ ਪਰਚਾ ਪਾਤਾ ਮੇਰਾ ਕਸੂਰ ਕੀ ਆ ਯਾਰ ਉਹਦੇ ਤੇ ਉਹਦੇ ਮੇਰੇ ਅਕਸਰਾਂ ਫਰਕ ਦੇਖ ਮੈਂ ਕਹਿੰਦਾ ਯਾਰ ਉਹ ਬੰਦਾ ਮੈਂ ਸਾਫਤ ਨਹੀਂ ਕਰ ਸਕਦਾ ਬੰਦਾ ਨਹੀਂ ਮੰਨੂਗਾ ਪੈਸੇ ਦਿੱਤੇ ਪਰ ਮੈਂ ਸੌਂਗਾ ਇਹ ਕਹਿੰਦਾ ਕਿ ਮੈਂ ਉਹ ਬੰਦੇ ਨੂੰ ਪੈਸੇ ਦਿੱਤੇ ਨੇਗੇ ਉਹ ਬੰਦਾ ਝੂਠਾ ਖਾ ਸਕਦਾ ਮੈਨੂੰ 2000 ਰੁਪਏ ਦਿੱਤਾ ਉਹ ਬੰਦੇ ਨੂੰ ਮੈਨੂੰ ਕਿਹਾ ਕਿਆ ਲਫੜ 2000 ਰੁਪਏ ਮੇਰਾ ਯਾਰ ਪਹਿਲਾਂ ਤਾਂ ਮੇਰੇ ਤੋਂ ਅਫੀਮ ਵਾਲਾ ਪਰਚਾ ਉਹ ਗਲਤ ਪਾਇਆ ਗਿਆ ਸੀਗਾ ਖਸਕਨ ਦੀ ਖੇਤੀ ਵਾਲਾ ਪਰਚਾ ਪਾਇਆ ਗਿਆ ਸੀ ਜੇ ਗਲਤ ਸੀਗਾ ਤੇ ਫਿਰ ਉਹ ਕੈਨਸਲ ਕਿਉਂ ਕੀਤਾ ਜੇ ਪਹਿਲਾਂ ਵਾਲਾ ਜਿਹੜਾ ਪਰਚਾ ਪਾਇਆ ਸੀ ਉਹ ਤਾਂ ਤੁਸੀਂ ਗਲਤ ਪਾਇਆ ਸੀਗਾ ਪਾ ਕੇ ਫਿਰ ਕੈਨਸਲ ਕਿਉਂ ਕੀਤਾ ਉਹ ਮੈਨੂੰ ਦਿੰਦੇ ਫੜ ਕੇ ਜੇਲ੍ਹ ਚ ਦਿੰਦੇ ਯਾਰ ਉਹਨੋਂ ਵੀ ਜਦ ਮੈਂ ਤਾਂ ਕੱਡ ਕੱਡ ਕੇ ਨੂੰ ਮੈਂ ਕੋਰਟ ਦੇ ਵਿੱਚ ਲੈ ਕੇ ਜਾਣਾ। ਮੇਰਾ ਕਸੂਰ ਕੀ ਐ ਮਨੇ ਉਹਦਾ ਗੱਲ ਦੱਸੋ ਯਾਰ। ਫੜ ਕੇ ਮੇਰੇ ਤੇ ਆ ਪਰਚਾ ਪਾਤਾ ਤੁਸੀਂ ਮੇਰੀ ਮੇਰਾ ਸਾਰਾ ਪਰਿਵਾਰ ਹੀ ਫੜ ਕੇ ਨੂਡ ਕੇ ਸਿਰਦੋ ਯਾਰ। ਐ ਮੈਂ ਤੁਹਾਡੇ ਖਿਲਾਫ ਬੁੱਲਣੋਂ ਹਰ ਜੂੰਗਾ ਯਾਰ। ਸ਼ਰਮ ਕਰੋ ਯਾਰ ਮਾੜੀ ਮੁੱਟੀ ਕੀ ਤੁਸੀਂ ਕਰ ਰਹੇ ਹੋ। ਜਿਹੜੀ ਤੁਸੀਂ ਜਲੰਧਰ ਵਾਲੀ ਜਿਮਣੀ ਚੋਣ ਜਿੱਤ ਕੇ ਹੰਕਾਰੇ ਫਿਰਦੇ ਹੋ 50% ਲੋਕਾਂ ਨੇ ਤੁਹਾਨੂੰ ਵੋਟ ਪਾਈ ਨਹੀਂ। ਤੁਹਾਨੂੰ ਵੋਟ ਪਈ ਕਿੰਨੀ ਦਾ ਵੋਟ ਪਈ ਕਿੰਨੀ ਦਾ 1,96,000 ਤੁਹਾਡੇ ਬੰਦੇ ਨੂੰ ਵੋਟ ਪਈ ਆ ਕਿੰਨੀ ਕ ਵੋਟ ਪਈ ਆ। ਕਿੱਡਾ ਕਿ ਤੁਸੀਂ ਵੱਡਾ ਭਾਦਰਕਾਰਾ ਕਿੱਡਾ ਕਿ ਤੁਸੀਂ ਵੱਡਾ ਕਿ ਸੁਣੋ 50% ਲੋਕਾਂ ਨੇ ਵੋਟ ਪਾਈ ਨਹੀਂ 50% ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਨਹੀਂ ਸੁਣੋ 1,96,000 ਵੋਟ ਪਈਆਂ ਉਹਦੇ ਵਿੱਚੋ ਸ਼ਰਮ ਕਰੋ ਜਿਹੜੀ ਤੁਸੀਂ ਜਿੱਤਿਓ ਸਾਰਾ ਸਰਕਾਰੀ ਤੰਤਰ ਮੰਤਰ ਸਾਰਾ ਪ੍ਰਸ਼ਾਸਨ ਝੋਕ ਕੇ ਤੁਸੀਂ ਜਲੰਧਰ ਵਾਲੇ ਜਿਮਣੀ ਚੋਣ ਜਿੱਤਿਓ ਤੁਹਾਡੀ ਸੱਤਾ ਤੁਹਾਡੇ ਕੋਲੇ ਹਕੂਮਤ ਤਾਂ ਤੁਸੀਂ ਜਿੱਤ ਕੇ ਏਡੀ ਵੱਡੀ ਕਿੱਡੀ ਜਿੱਤ ਤੁਸੀਂ ਪ੍ਰਾਪਤ ਕਰ ਲਈ ਹੋ ਤੁਸੀਂ ਜਲੰਧਰ ਵਾਲੇ ਜਿਮਣੀ ਚੋਣ ਜਿੱਤ ਕੇ ਉਹੀ ਢੋਲ ਵੱਜੇ ਵਜਾਈਏ ਨੂੰ ਕਰੀ ਜਾਂਦੇ ਹੋ ਕੀ ਤੁਸੀਂ ਕੱਡਾ ਵੱਡਾ ਕਿਲਾ ਢਾ ਲਿਆ ਸਾਰਾ ਸਰਕਾਰੀ ਤੰਤਰ ਮੰਤਰ ਲਾ ਕੇ ਕਰੋਨਾ ਰੁਪਈਆ ਝੋਕ ਕੇ ਤੁਸੀਂ ਜਲੰਧਰ ਵਾਲੇ ਜਿਮਣੀ ਚੋਣ ਜਿੱਤੀ ਹੈ 4 ਅਰਬ ਕਰੋੜਾ ਰੁਪਏ ਉੱਤੇ ਖਰਚ ਕਰਾਇਆ ਤੁਸੀਂ ਜਲੰਧਰ ਵਾਲੀ ਜਿਮਣੀ ਚੌਂ ਜਿੱਤਣ ਤੇ ਮੈਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਨਾ ਮਾਨਯੋਗ ਪੁਲਿਸ ਗੱਲ ਸੁਣ ਲਓ ਮੇਰੀ ਧਿਆਨ ਨਾਲ ਪੁਲਿਸ ਪ੍ਰਸ਼ਾਸਨ ਮੈਂ ਸਿਸਟਮ ਦੇ ਖਿਲਾਫ ਲੜਨ ਵਾਲਾ ਬੰਦਾ ਤੁਸੀਂ ਮੇਰੇ ਕੰਮ ਚੱਕ ਕੇ ਦੇਖੋ ਪੰਜਾਬ ਪੁਲਿਸ ਮੈਂ ਪੰਜਾਬ ਪੁਲਿਸ ਨੂੰ ਇੱਕ ਸਵਾਲ ਪੁੱਛਣਾ ਚਾਹੁੰਨਾ ਪਿਛਲੇ ਮਹੀਨੇ ਦੇ ਵਿੱਚ ਇੱਕ ਮੁੱਦਾ ਵਾਇਰਲ ਹੋਇਆ ਏਜੰਟਾਂ ਵਾਲਾ ਮੈਨਾਂ ਲੋਕਾਂ ਦਾ ਪੈਸਾ ਵਾਪਸ ਕਰਵਾਤਾ ਕੀ ਕੋਈ ਪੰਜਾਬ ਪੁਲਿਸ ਦਾ ਕੋਈ ਪੰਜਾਬ ਪੁਲਿਸ ਅਜਿਹੀ ਏਜੰਟਾਂ ਦੇ ਕਾਰਵਾਈ ਕਰ ਸਕਦੀ ਸੀ ਕਿ ਤੁਸੀਂ ਆਪਣੇ ਦਿਲ ਤੇ ਹੱਥ ਧਰ ਕੇ ਦੱਸਿਓ ਜਿਹੜੀ ਮੈਂ ਪਿੱਛੇ ਜੇ ਲੋਕਾਂ ਦਾ ਪੈਸਾ ਵਾਪਸ ਕਰਾਇਆ ਕੋਈ ਐਮਐਲਏ ਕੋਈ ਹੋਰ ਕੋਈ ਰਾਜਨੀਤਿਕ ਬੰਦਾ ਲੋਕਾਂ ਦਾ ਪੈਸਾ ਵਾਪਸ ਕਰਵਾ ਸਕਦਾ ਸੀ ਜਿਹੜਾ ਕਿ ਕੰਮ ਮੈਂ ਕਰਵਾਇਆ ਤੁਸੀਂ ਯਾਰ ਸ਼ਰਮ ਕਿਉਂ ਨਹੀਂ ਕਰਦੇ ਯਾਰ ਤੁਸੀਂ ਇਹੀ ਗੱਲ ਮੈਂ ਹੀ ਤੇ ਹੈਗਾ ਯਾਰ ਤੁਹਾਨੂੰ ਯਾਰ ਕੀ ਕਿੱਡੀ ਕਬੜੀ ਤੁਸੀਂ ਮੇਰੇ ਖਿਲਾਫ ਤੁਸੀਂ ਜੰਗ ਜਿੱਤ ਲਈ ਮੇਰੇ ਤੇ ਪਰਚਾ ਦਰਜ ਕਰਕੇ ਮੈਨੂੰ ਜੇਲ੍ਹ ਭੇਜ ਦੋਗੇ ਭੇਜ ਦੋ ਕਿੱਡੀ ਕਬੜਾ ਤੇ ਮੈਨੂੰ ਜੇਲ੍ਹ ਭੇਜ ਕੇ ਕਿੱਡਾ ਕਬੜਾ ਤੁਸੀਂ ਕਰਤੱਬ ਕਰ ਲੋਗੇ ਜੇਲ੍ਹ ਭੇਜਣਾ ਭੇਜ ਦੋ ਤੁਸੀਂ ਮੈਨੂੰ ਜੇਲ੍ਹ ਭੇਜਣਾ ਹੋਰ ਜਿਹੜੀਆਂ ਧਾਰਾਂ ਲੱਗਦ ਨੇ ਲਾ ਦੋ ਜਿੰਨੀਆਂ ਵੀ ਧਾਰਾਂ ਲੱਗਦ ਨੇ 36 ਧਾਰਾਂ ਤੁਸੀਂ ਇਹਦੇ ਵਿੱਚ ਠੋਕਤੀਆਂ ਮੇਰੇ ਖਿਲਾਫ ਕਿੰਨੀਆਂ ਧਾਰਾਂ ਲਾਈਆਂ ਨੇ ਮੇਰੇ ਖਿਲਾਫ ਕਿੰਨੀਆਂ ਧਾਰਾਂ ਲਾ ਕੇ ਤੁਸੀਂ ਮੇਰੇ ਖਿਲਾਫ ਪਰਚਾ ਦਰਜ ਕਰਿਆ ਯਾਰ ਭਗਮਾਤਮਨ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਉਦੋਂ ਪੰਜਾਬੀ ਮਾਂ ਬੋਲੀ ਵਾਲਾ ਪਰਚਾ ਪਾ ਕੇ ਉਦੋਂ ਉਦੋਂ ਉਹ ਠੋਕਤਾਂ ਅੰਦਰ ਉੱਥੋਂ ਉਹ ਠੋਕਤਾ ਕਿੰਨੇ ਤੁਸੀਂ ਤੁਸੀਂ ਤਾਂ 2-3 ਪਰਚੇ ਮੇਰੇ ਖਿਲਾਫ ਉਹੀ ਮਰਦੇ ਯਾਰ ਆਉਣ ਵਾਲੇ ਸਮੇਂ ਸਮੇਂ ਦੇ ਵਿੱਚ ਯਾਰ ਮੈਨੂੰ ਉੱਥੇ ਕੋਈ ਆਸਟ੍ਰੇਲੀਆ ਦੇ ਜਿੰਨੇ ਬੰਦੇ ਸੀ ਮੈਨੂੰ ਉੱਥੇ ਆਉਣ ਆਉਣ ਨਹੀਂ ਦਿੰਦੇ ਕਹਿੰਦੇ ਰਹਿ ਯਾਰ ਇੱਥੇ ਰਹਿ ਕਹਿੰਦੇ ਤੇਰੇ ਖਿਲਾਫ ਇਹਨਾਂ ਨੇ ਕਾਰਵਾਈ ਕਰਨੀ ਕਰਨੀਆ ਤੈਨੂੰ ਇਹ ਚੱਕਣਗੇ ਤੈਨੂੰ ਇਹ ਚੱਕਣਗੇ ਤੈਨੂੰ ਨੂਡ ਕੇ ਅੰਦਰ ਸੱਟਣਗੇ ਆ ਆ ਕਰਤਾ ਉਹਨਾਂ ਨੇ ਜਿੰਨੇ ਵੀ ਲੋਕ ਪੰਜਾਬ ਦੀ ਆਵਾਜ਼ ਨੂੰ ਸੱਚ ਨੂੰ ਪਸੰਦ ਕਰਦੇ ਨੇ ਨਾ ਆ ਝਾੜੂ ਵਾਲੇ ਗੱਲ ਸੁਣ ਲਿਓ ਧਿਆਨ ਨਾਲ ਖੋਲ ਕੇ ਜਿੰਨੇ ਐਮਐਲਏ ਜਿੰਨੇ ਸਾਨੂੰ ਟਿਕਟਾਂ ਬਣੀਆਂ ਨੇ ਨਾ ਥੋੜੇ ਤੋਂ ਪਹਿਲਾਂ ਮੈਂ ਆਸਾਮਾ ਦੀ ਪਾਰਟ ਚੱਕਤ ਐਕਟਿਵ ਹੋ ਗਿਆ ਸੀ ਛੱਡੀ ਸਿਰਫ ਇਸ ਕਰਕੇ ਸੀ ਕਿ ਮੈਨੂੰ ਇਹ ਚੀਜ਼ਾਂ ਪਸੰਦ ਯਾਰ ਮੈਨੂੰ ਇਹ ਚੀਜ਼ਾਂ ਪਸੰਦ ਵੀ ਮੈਂ ਯਾਰ ਕੀ ਇਹਨਾਂ ਤੋਂ ਕ ਲੈਣਾ ਕਾਂਗਰਸ ਦੇ ਮੈਨੂੰ ਵੱਡੇ ਵੱਡੇ ਲੀਡਰ ਜ਼ੋਰ ਲਾਉਂਦੇ ਸੀ ਆ ਕਾਂਗਰਸ ਜੁਆਇਨ ਕਰ ਲਾ ਠੀਕ ਹੈ ਚਲ ਮੈਂ ਬਾਦਲਾਂ ਦੇ ਖਿਲਾਫ ਤਾਂ ਬੜਾ ਖੁੱਲ ਕੇ ਬੋਲੇ ਆ ਉਹਨਾਂ ਨੂੰ ਤਾਂ ਅਮਰੀਕਾ ਦੇ ਟਿਕਟੌਕ ਉਹਨਾਂ ਨਾਲ ਮੇਰੀ ਹੁੰਦੀ ਘਟਾ ਉਹਨਾਂ ਦੀ ਨੀਤੀਆਂ ਦੇ ਖਿਲਾਫ ਬਹੁਤ ਖੁੱਲ ਕੇ ਬੋਲਦਾ ਰਿਹਾ ਉਹਨਾਂ ਦੇ ਗਲਤ ਕਲਾਕੀਆਂ ਮੇਰੇ ਨਾਲ ਬਾਈ ਆਹ ਹੁਣ ਡਰ ਕਿਉਂ ਗਿਆ ਫਿਰ ਅੱਛਾ ਫੇਕ ਆਈਡੀਆਂ ਨਰਿੰਦਰ ਵਾਟ ਕੌਣ ਡਰ ਉਹ ਡਰਨ ਵਾਲੇ ਤਾਂ ਦਿਨ ਅਸੀਂ ਜੰਮੀ ਨਹੀਂ ਜਿਹੜਾ ਤੂੰ ਫੇਕ ਕਹਾੜੀ ਬਣਾ ਕੇ ਕਮੈਂਟ ਕਰ ਰਿਹਾ ਤੂੰ ਡਰਨ ਵਾਲੇ ਤਾਂ ਤੈ ਜੰਮੀ ਨਹੀਂ ਪਰ ਲੋਕਾਂ ਦੇ ਸਾਹਮਣੇ ਕਰਤੂਤਾਂ ਲਿਆਉਣਾ ਚਾਹਣਾ ਥੁਡੀਆਂ ਆਮਾ ਦੀ ਪਾਰਟ ਦੀਆਂ ਤੂੰ ਕਹਿੰਦਾ ਡਰ ਗਾਣਾ ਕਰਤੂਤਾਂ ਦੱਸਣਾ ਚਾਹਣਾ ਕਿ ਆਹ ਕਰਤੂਤਾਂ ਤੁਸੀਂ ਕਰਦੇ ਹੋ ਤੁਸੀਂ ਕਰਦੇ ਹੋ ਸੀ ਆਰਥਿਕ ਹਲਹਾਲਾ ਸੁਧਾਰ ਤੇ ਤੁਸੀਂ ਬਿਜਲੀ ਫਰੀ ਓਏ ਜਿਹੜੇ ਪੰਜਾਬ ਦੇ ਕੋਈ ਮੁੱਦੇ ਨੇ ਉਹਨਾਂ ਤੇ ਬੋਲਣ ਨੂੰ ਤੁਹਾਡਾ ਮੂੰਹ ਪਟਦਾ ਉਹਨਾਂ ਤੇ ਤੁਸੀਂ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈਗੇ ਜਿਹੜੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਅੱਜ ਪੰਜਾਬ ਦਾ ਸਭ ਤੋਂ ਵੱਡਾ ਤਖਾਂ ਤੇ ਹੈ ਪੰਜਾਬ ਦਾ ਸਭ ਤੋਂ ਵੱਡਾ ਦੁੱਖ ਹੈ ਕਿ ਕੋਈ ਕੋਈ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਸਾਰੇ ਨੌਜਵਾਨ ਪੰਜਾਬ ਦੇ ਬਾਹਰ ਭੱਜ ਗਏ ਮਾ ਉਹ ਨੌਜਵਾਨਾਂ ਨੂੰ ਉੱਥੇ ਜਾ ਕੇ ਹੋਕਾ ਦੇ ਰਿਹਾ ਕਮਾਈਆਂ ਕਰਕੇ ਵਾਪਸ ਮੁੜੋ ਕੋਈ ਨਾ ਮੁੜੇ ਭਰਾਵੋ ਪੰਜਾਬ ਦੇ ਵਿੱਚ ਵਾਪਸ ਆਹ ਹਾਲਾਤ ਨੇ ਪੰਜਾਬ ਦੇ ਵਿੱਚ ਫੜ ਕੇ ਢੂਠੇ ਪਰਚੇ ਪਾਉਂਦੇ ਨੇਗੇ ਮੈਂ ਤਾਂ ਉੱਥੇ ਹਰੇ ਹਰ ਇੱਕ ਨੌਜਵਾਨ ਨੂੰ ਜਿੱਥੇ ਵੀ ਜਾ ਕੇ ਬੋਲਣ ਦਾ ਮੌਕਾ ਮਿਲਿਆ ਏਹੀ ਗੱਲ ਕਹਿ ਰਿਹਾ ਵਾਪਸ ਮੁੜੋ ਪੰਜਾਬ ਦਾ ਸਭ ਤੋਂ ਵੱਡਾ ਦਖਾਂਤ ਹੈ 250 ਕਾਲਜ ਪੰਜਾਬ ਦਾ ਬੰਦ ਹੋ ਗਿਆ ਨਸ਼ਾ ਪੰਜਾਬ ਦੇ ਵਿੱਚ ਇੰਨਾ ਫੈਲ ਗਿਆ ਠੀਕ ਹੈ ਕੋਈ ਨੌਜ ਕਿਸੇ ਨਾ ਆ ਪ੍ਰਸ਼ਾਸਨ ਮੇਰੇ ਵਰਗਿਆਂ ਦੇ ਫੜ ਕੇ ਧੱਕੇ ਦਾ ਪਰਚੇ ਪਾਈ ਜਾਂਦੀ ਹੈ ਹਾਂ ਜ਼ਿਆਦਾਤਰ ਲੋਕ ਹੀ ਜਿਹੜੇ ਬਾਹਰਲੇ ਲੋਕ ਨੇ ਛੋੜੇ ਸਿਸਟਮ ਤੋਂ ਖਿਲਾਫ ਛੋੜੇ ਸਿਸਟਮ ਤੋਂ ੱਕੇ ਹੋਏ ਨੇਗੇ ਤਾਂ ਕਰਕੇ ਲੋਕ ਬਾਹਰਲੇ ਦੇਸਾਂ ਵਿੱਚ ਜਾ ਬਸੇ ਤਾਂ ਕਰਕੇ ਕੋਈ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਮਾ ਲੋਕਾਂ ਨੂੰ ਕਹ ਰਿਹਾ ਪੰਜਾਬ ਵਾਪਸ ਮੁੜੋ ਪੰਜਾਬ ਵਾਪਸ ਮੁੜੋ ਇਹਨਾਂ ਨੇ ਆ ਲੈ ਲਓ ਮੈਡਲ ਇਹਨਾਂ ਤੋਂ ਆ ਕੁਝ ਹੁੰਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ ਲੋਕ ਇਸ ਕਰਕੇ ਰਹਿਣ ਨੂੰ ਤਿਆਰ ਨਹੀਂ ਕਿ ਲੋਕਾਂ ਦੇ ਨਾਲ ਹਰ ਇੱਕ ਦੇ ਨਾਲ ਤੱਕਾ ਹੁੰਦਾ ਇਹ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਕੰਮ ਕਰਨ ਦਾ ਹਰ ਇੱਕ ਬੰਦੇ ਕੰਮ ਕਰੀ ਜਾਂਦੇ ਨੇ ਕਹਿੰਦੇ ਕਹੋਂਦੇ 20 20 30 30 ਕਿੱਲਾਂ ਵਾਲੇ ਜ਼ਮੀਨਾਂ ਛੱਡ ਛੱਡ ਪੰਜਾਬ ਬਾਹਰ ਭੱਜੀ ਜਾਂਦੇ ਨੇ ਇਸ ਕਰਕੇ ਭਾਈ ਜਨੇ ਕਿ ਆਹ ਕੁਸ਼ਾ ਪੰਜਾਬ ਦੇ ਵਿੱਚ ਮੈਨੂੰ ਦੱਸੋ ਤਾਂ ਸਹੀ ਯਾਰ ਮੇਰਾ ਕਸੂਰ ਕਿੱਥੇ ਆ ਯਾਰ ਨਾਲ ਉਹ ਬੰਦੇ ਦਾ ਪਤਾ ਕਰੋ ਕਿ ਉਹ ਬੰਦੇ ਦਾ ਅਕਸ ਕੀ ਆ ਜਿਹੜੇ ਬੰਦੇ ਤੋਂ ਤੁਸੀਂ ਰਾਜਨੀਤਿਕ ਪੱਲੇ ਦਾ ਰਾਜਨੀਤਿਕ ਬੰਦਿਆਂ ਨੇ ਆ ਦੋ ਤਿੰਨ ਮਿਲਣ ਸਾਡੇ ਹਲਕੇ ਦੇ ਨੇ ਉਹ ਬੰਦੇ ਤੋਂ ਪਹਿਲਾਂ ਦਾ ਮੇਰੇ ਖਿਲਾਫ ਬੁਲਾਇਆ ਬੁਲਾ ਕੇ ਫਿਰ ਫਿਰ ਮੈਨੂੰ ਜਦੋਂ ਰਿਪਲਾਈ ਕਰਨਾ ਪਿਆ ਫਿਰ ਅੱਜ ਮੇਰੇ ਤੇ ਫੜ ਕੇ ਉਹਨਾਂ ਨੇ ਪਰਚਾ ਪਾਇਆ ਉਸ ਬੰਦੇ ਤੋਂ ਨਾਮ ਤੋਂ ਪਰਚਾ ਪਵਾਇਆ ਉਹ ਬੰਦੇ ਤੇ ਮੇਰੇ ਦਾ ਅਕਸ ਦੇਖੋ ਕਿ ਕਿੱਥੇ ਕੀ ਆ ਯਾਰ ਉਹਦਾ ਬੰਦੇ ਦਾ ਜੇ ਅੱਜ ਤੱਕ ਮੇਰੀ ਮੇਰੀ ਇੰਨੀ ਐਡੀ ਵੱਡੀ ਉਮਰ ਹੋ ਗਈ ਠੀਕ ਹੈ ਮੇਰੀ ਉਮਰ ਤੇ ਵਿੱਚ ਮੈਂ ਅੱਜ ਤੱਕ 1 ਰੁਪਿਆ ਵੀ ਕਿਤੇ ਨਸ਼ਾ ਕੀਤਾ ਮੈਨੂੰ ਸ਼ਰਾਬ ਦਾ ਸਵਾਦ ਵੀ ਪਤਾ ਹੋਵੇ ਖਰਾਬ ਕੀ ਹੁੰਦੀ ਹੈ ਕੋਈ ਵੀ ਨਸ਼ੇ ਦਾ ਟੇਸਟ ਵੀ ਪਤਾ ਹੋਵੇ ਉਹ ਬੰਦਾ ਡੱਕ ਕੇ ਰੋਜ਼ ਬੰਦਾ ਡਿਊਟੀ ਤੇ ਜਾਂਦਾ ਯਾਰ ਉਹ ਬੰਦਾ ਰੋਜ਼ ਡੱਕ ਕੇ ਸ਼ਰਾਬ ਨਾ ਜਾਂਦਾ ਜੇ ਕੋਈ ਕਿਸੇ ਚੰਗੇ ਬੰਦੇ ਤੋਂ ਮੇਰੇ ਖਿਲਾਫ ਕਾਰਵਾਈ ਕਰਾਉਣ ਦੇ ਜੇ ਕਰਾਉਣੀ ਸੀ ਯਾਰ ਕੋਈ ਕੁਝ ਹੋਰ ਕੋਈ ਪਤਾ ਲੱਗਦਾ ਵੀ ਇਹਦਾ ਕੋਈ ਮੇਰੇ ਬਰਾਬਰ ਦਾ ਬੰਦਾ ਰੋਜ਼ ਬੰਦਾ ਸ਼ਰਾਬ ਨਾਲ ਡੱਕ ਕੇ ਉਹ ਮੈਨੂੰ ਇਹ ਨਹੀਂ ਪਤਾ ਵੀ ਨਸ਼ਾ ਹੁੰਦਾ ਕੀ ਹੈ ਜਿਹੜਾ ਬੰਦਾ ਰੋਜ਼ ਬਾਣੀ ਦਾ ਧਾਰਨੀ ਆ ਜਿਹੜੀ ਦੀ ਬਾਣੀ ਇਹ ਗੱਲਾਂ ਕਹਿੰਦੀ ਆ ਜਿੱਦੇ ਗੁਰੂ ਦੀਆਂ ਗੱਲਾਂ ਮੈਨੂੰ ਸਿਖਾਉਂਦਾ ਕਿ ਜਾਤ-ਬਾਤ ਕੀ ਆ ਜਾਤ ਉਹ ਬੰਦਾ ਕਹਿ ਰਿਹਾ ਕਿ ਮੇਰੇ ਤੇ ਜਾਤ-ਪਾਤੀ ਸ਼ਬਦ ਖਲਾਬ ਬੋਲੇ ਉਹ ਬੰਦਾ ਮੇਰੇ ਭਰਾ ਤੇ ਜਿਹੜੇ ਬੰਦੇ ਰਹਿ ਗਏ ਸਾਡੇ ਪਰਿਵਾਰ ਦੇ ਹੋਰ ਮੈਂਬਰ ਵੀ ਠੋਕ ਦਿੰਦੇ ਵਧੀਆ ਸੰਕ ਇਹ ਗੱਲ ਸੁਣ ਲਿਓ ਜਿਹੜੇ ਇਹ ਬੰਦੇ ਨਾ ਲੋਕ ਆ ਇੱਥੇ ਕਮੈਂਟ ਜੇ ਕਰੀ ਜਾਂਦੇ ਨੇ ਫੇਕ ਕਹਾੜੀਆਂ ਤੋਂ ਬਣਾ-ਬਣਾ ਕੇ ਇਹ ਇਹ ਮੈਂ ਗੱਲਾਂ ਇਸ ਕਰਕੇ ਦੱਸ ਰਿਹਾ ਮੈਨੂੰ ਕੋਈ ਭਾਰਤਾਂ ਤੋਂ ਕੋਈ ਏਡਾ ਵੱਡਾ ਡਰ ਨਹੀਂ ਹੈਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਦਾ ਕੀ ਆ ਮੈਨੂੰ ਕਿੰਨਾ ਟ ਕਿੰਨਾ ਟਾਈਮ ਮੈਨੂੰ ਜੇਲ੍ਹ ਚ ਰੱਖ ਰਣਗੇ ਰੱਖ ਲੈਣ ਦੇ ਮੈਂ ਕਿਹੜਾ ਕੋਈ ਕਤਲ ਕੀਤਾ ਮੈਂ ਕਿਹੜਾ ਕੋਈ ਬਲਾਤਕਾਰ ਕੀਤਾ ਮੈਂ ਕਿਹੜਾ ਕੋਈ ਨਸ਼ਾ ਵੇਚਿਆ ਮੈਨੂੰ ਕਿੰਨਾ ਕਿੰਨਾ ਟਾਈਮ ਜੇਲ੍ਹ ਰੱਖ ਲੈਣਗੇ ਰੱਖ ਲੈਣਗੇ ਪਰ ਮੈਂ ਇਹਦੇ ਕਰਤੂਤਾਂ ਤੁਹਾਡੇ ਸਾਹਮਣੇ ਪੰਜਾਬ ਦੇ ਲੋਕਾਂ ਅੱਗੇ ਦੱਸ ਰਿਹਾ ਕਿ ਆਹ ਕਰਤੂਤਾਂ ਨੇਗੀਆਂ ਆਹ ਕਰਤੂਤਾਂ ਇਹ ਕਰ ਰਹੇ ਨੇ ਜਲੰਧਰ ਵਾਲੀ ਜਿਮਨੀ ਚੋਣ ਜਿੱਤ ਲਈ ਜਲੰਧਰ ਵਾਲੀ ਜਿਮਨੀ ਚੋਣ ਜਿੱਤ ਲਈ ਜਲੰਧਰ ਵਾਲੀ ਜਿਮਨੀ ਚੋਣ ਤੋਂ ਸਾਰਾ ਕੁਝ ਸਰਕਾਰੀ ਤੰਤਰ-ਮੰਤਰ ਲਾ ਕੇ ਜਿਮਨੀ ਚੋਣ ਜਿੱਤੀ ਹੈ ਜਿੰਨੇ ਤੁਹਾਡੇ ਐਮਐਲਏ ਸਾਰੇ ਉਹ ਉੱਥੇ ਤੁਰੇ-ਫਿਰਦੇ ਸੀਗੇ ਜਿੰਨੇ ਤੁਹਾਡੇ ਵਰਕਰ ਸੀ ਉਹ ਜਲੰਧਰ ਤੁਰੇ-ਫਿਰਦੇ ਸੀਗੇ ਭਾਈ ਮੌਜੂਦਾ ਸੱਤਾ ਦੇ ਵਿੱਚ ਪਾਰਟੀ ਆ ਇਕੱਲੇ-ਇਕੱਲੇ ਬੰਦੇ ਨੇ ਤੁਹਾਡੇ ਇੱਥੇ ਹਜ਼ਾਰਾਂ ਵਰਕਰ ਨੇ ਉੱਥੇ ਜਾ ਕੇ ਜ਼ੋਰ ਲਾਇਆ ਕਿ ਜੇ ਜਲੰਧਰ ਵਾਲੀ ਜਿਮਨੀ ਚੋਣ ਜਿੱਤਾਂਗੇ ਤਾਂ ਸਾਡੀ ਕੋਈ ਮਾੜੀ-ਮੁੱਟੀ ਪੁੱਛਗਿੱਛ ਹੋਊਗੀ ਤਾ ਤੂੰ ਟੁੱਡੀ ਪੁੱਛ ਗਏ ਤੁਸੀਂ ਸਾਰਾ ਤੰਤਰ ਮੰਤਰ ਲਾ ਕੇ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਆ ਉਹਨਾਂ ਦੇ ਵਰਕਰਾਂ ਨੇ ਵੀ ਸਰਕਾਰ ਤੋਂ ਕੰਮ ਲੈਣੇ ਹੁੰਦੇ ਆ ਐਮਐਲਏਾਂ ਤੋਂ ਵੀ ਸਰਕਾਰ ਤੋਂ ਕੰਮ ਲੈਣੇ ਆ ਉਹ ਪੱਡਾ ਬਣ ਕੇ ਉੱਥੇ ਸਾਰੇ ਥੋੜੇ ਤੁਰੇ ਫਿਰਦੇ ਜੀ ਉੱਥੇ ਤਾਂ ਤੁਸੀਂ ਜਲੰਧਰ ਵਾਲੀ ਜਿਮਣੀ ਚੋਣ ਜਿੱਤੀ ਆ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਆ ਉਹਦੇ ਲਈ ਜਿਮਣੀ ਚੋਣ ਜਿੱਤਣੀ ਬੜੀ ਛੋਟੀ ਗੱਲ ਹੁੰਦੀ ਆ ਬੜੀ ਛੋਟੀ ਗੱਲ ਹੁੰਦੀ ਆ ਜਿਉਂਦੇ ਲਈ ਜਲੰਧਰ ਵਾਲੀ ਜਿਮਣੀ ਚੋਣ ਜਿੱਤਣੀ ਬੜੀ ਛੋਟੀ ਗੱਲ ਸੀ ਤੂੰ ਥੋੜਾ ਫੇਰ ਵੀ ਸਾਰਾ ਅੱਡੀ ਚੂਟੀ ਦਾ ਜੋਰ ਕੇਸਰੀਵਾਲ ਥੋੜਾ ਉੱਥੇ ਭੱਜਾਇਆ ਫਰਦਾਈ ਰਾਗਵ ਚੱਡਾ ਥੋੜਾ ਉੱਥੇ ਭੱਜਾਇਆ ਫਰਦਾਈ ਸਾਰਾ ਪਰਿਵਾਰ ਤੰਤਰ ਮੰਤਰ ਤੁਸੀਂ ਲਾ ਕੇ ਜਲੰਧਰ ਵਾਲੀ ਜਿਮਣੀ ਚੂਣ 196000 ਤੁਹਾਨੂੰ ਵੋਟ ਪਈ ਕਿੱਡੀ ਵੱਡੀ ਤੁਹਾਨੂੰ ਵੋਟ ਪੈ ਗਈ ਇੱਕ ਤੁਹਾਨੂੰ ਡੇਢ ਹਲਕੇ ਦੀ ਵੋਟ ਪਈ ਹੈ ਡੇਢ ਹਲਕੇ ਦੀ ਵੋਟ ਪਈ ਹੈ ਇੱਕ ਹਲਕੇ ਦੇ ਵਿੱਚ 1 ਲੱਖ ਡੇਢ ਲੱਖ ਵੋਟ ਹੁੰਦੀ ਹੈ ਕਿੱਡੀ ਕ ਤੁਹਾਨੂੰ ਵੋਟ ਪੈ ਗਈ ਉੱਥੇ ਕਿੱਡਾ ਕਪੜਾ ਤੁਸੀਂ ਉਹ ਕਰ ਲਿਆ ਜਲੰਧਰ ਵਾਲੀ ਜਿਮਣੀ ਚੂਣ ਜਲੰਧਰ ਵਾਲੀ ਜਿਮਣੀ ਚੂਣ ਸ਼ਰਮ ਕਰੋ ਕਿ ਖਬਰਾਂ ਤੁਸੀਂ ਕਿਹੜੇ ਕਿਹੜੇ ਕੱਪੜੇ ਕੀਤੇ ਹੋਣਗੇ ਜਰੰਦਰ ਵਾਲੀ ਜਿਮਣੀ ਚੋਂ ਜਿੱਤਣ ਦੇ ਵਿੱਚ ਇੱਕ ਗੱਲ ਧਿਆਨ ਨਾਲ ਸੁਣ ਲਿਓ ਕਾਂਗਰਸ ਕਾਲੀ ਬਾਦਲ ਜਿੰਨੇ ਵੀ ਕੋਈ ਪਾਰਟੀਆਂ ਨੇ ਗਿਆ ਆਮ ਆਦਮੀ ਪਾਰਟੀ ਮੈਂ ਕਿਸੇ ਕੋਈ ਪਾਰਟੀ ਦਾ ਬੰਦਾ ਨਹੀਂ ਮੈਂ ਉਹ ਪੰਜਾਬ ਦਾ ਇੱਕ ਛੋਟਾ ਜਿਹਾ ਨੌਜਵਾਨ ਆ ਇੱਕ بڑا ਨਮਾਣਾ ਜਾਂ ਨੌਜਵਾਨਾ ਜਿਹੜਾ ਇਹ ਕਹਣਾ ਕਿ ਸਾਡਾ ਪੰਜਾਬ ਦਾ ਸਿਸਟਮ ਸੁਧਰ ਜੇ ਗੱਲ ਧਿਆਨ ਨਾਲ ਸੁਣ ਲਿਓ ਸਾਰੇ ਜਣੇ ਜਿਹੜਾ ਕਿ ਸਿਸਟਮ ਦੇ ਹਰ ਇੱਕ ਅਧਿਅਪ ਦੀ ਆਵਾਜ਼ ਬੁਲੰਦ ਕਰਦਾ ਮੈਂ ਉਹ ਪੰਜਾਬ ਦਾ ਨੌਜਵਾਨਾ ਇੰਨੀਆਂ ਗੱਲਾਂ ਧਿਆਨ ਚ ਰੱਖ ਲਿਓ ਮੈਂ ਕਿਸੇ ਕੋਈ ਪਾਰਟੀ ਦੇ ਆ ਦਲਿਆਂ ਦੇ ਥੱਲੇ ਲੱਗਣ ਵਾਲਾ ਬੰਦਾ ਨਹੀਂ ਹੈਗਾ ਮੈਂ ਇਹ ਇਹ ਤੁਰੇ ਫਿਰਦੇ ਨੇ ਮੈਨੂੰ ਕਾਂਗਰਸ ਦੇ ਕਹਿੰਦੇ ਕਹਾਉਂਦੇ ਜਦੋਂ ਆਪਾਂ ਭਗਮੰਤਮਾਨ ਮੇਰੇ ਨਾਲ ਬੈਠਾ ਸੀ ਐਮਐਲਏ ਹੋਸਟਲ ਦੇ ਵਿੱਚ ਪੁੱਛ ਲਿਓ ਭਗਮੰਤਮਾਨ ਕੀ ਕਹਿੰਦਾ ਹੁੰਦਾ ਸੀ ਭਗਮੰਤਮਾਨ ਨੂੰ ਜਾ ਕੇ ਪੁੱਛ ਲਿਓ ਮੈਂ ਥੋੜਾ ਜਿਹਾ ਐਸਐਸਪੀ ਸਾਹਿਬ ਨੂੰ ਪੰਜਾਬ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਤੁਹਾਨੂੰ ਤਨਖਾਹ ਕਿਸੇ ਸਰਕਾਰੀ ਪਾਰਟੀ ਦੇ ਖਾਤਿਆਂ ਚੋਂ ਨਹੀਂ ਮਿਲਦੀ ਸਾਡੇ ਲੋਕਾਂ ਦੇ ਟੈਕਸ ਦੇ ਰੁਪਈਏ ਦੇ ਵਿੱਚੋਂ ਤਨਖਾਹ ਮਿਲਦੀ ਆ ਤੁਹਾਨੂੰ ਠੀਕ ਆ ਤੁਸੀਂ ਐਸਐਚਓ ਸਾਰੇ ਉਹਨਾਂ ਦੇ ਕਹਿਣ ਤੇ ਲੱਗਦੇ ਹੂੰ ਜਿੰਨੇ ਵੀ ਪੁਲਿਸ ਪ੍ਰਸ਼ਾਸਨਾਂ ਤੁਸੀਂ ਜਿਹੜੇ ਨੂੰ ਕਹਿੰਦੇ ਨੇ ਉਹ ਲੱਗਦੇ ਹੂੰ ਜੇ ਸਾਰਾ ਪ੍ਰਸ਼ਾਸਨ ਮਿਲ ਕੇ ਇਹਨਾਂ ਦੇ ਪਾਰਟੀਆਂ ਦੇ ਸੱਤਾ ਦੇ ਹਕੂਮਤ ਦੇ ਖਿਲਾਫ ਖੜੇ ਹੋਵੋਗੇ ਵੀ ਸਾਨੂੰ ਕੁਆਲੀਫਿਕੇਸ਼ਨਾਂ ਦੇ ਆਧਾਰ ਤੇ ਕਿਉਂ ਨਹੀਂ ਲਾਇਆ ਜਾਂਦਾ ਅਸੀਂ ਸ਼ਿਪਾਰਸ਼ਾਂ ਦੇ ਆਧਾਰ ਤੇ ਇਹਨਾਂ ਦੇ ਕੰਮ ਕਰਾਂਗੇ ਤੁਹਾਡੀ ਸ਼ਿਪਾਰਸ਼ਾਂ ਦੇ ਆਧਾਰ ਤੇ ਅਸੀਂ ਭਾਨੇ ਸਿੰਘ ਦੇ ਖਿਲਾਫ ਪਰਚਾ ਦਰਜ ਕਰਾਂਗੇ ਮੇਰੇ ਖਿਲਾਫ ਬੋਲਣ ਦੇ ਆਧਾਰ ਤੇ ਪੰਜਾਬ ਪੁਲਿਸ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਕਿ ਸੱਚ ਦਾ ਸਾਥ ਦੇਣਾ ਚਾਹੀਦਾ ਇਹਨਾਂ ਨੇ ਇਹਨਾਂ ਨੇ ਗਲਤ ਨੀਤੀਆਂ ਦੇ ਖਿਲਾਫ ਬੋਲਣਾ ਚਾਹੀਦਾ ਇਹਨਾਂ ਨੂੰ ਮੇਰੇ ਖਿਲਾਫ ਪਰਚਾ ਦਰਜ ਕਰਦੇ ਸਰਕਾਰਾਂ ਦੇ ਆਪਾ ਕਿੰਨੇ ਗੱਟ ਪੁੱਤਲੇ ਬਣ ਕੇ ਕਿੰਨੇ ਜਿਹੜੇ ਇਹੋ ਜਿਹੜੇ ਸਾਡੇ ਵਰਗੇ ਲੋਕਾਂ ਦੇ ਖਿਲਾਫ ਪਰਚੇ ਦਰਜ ਕਰੋਗੇ ਇੱਕ ਮੇਰਾ ਸਭ ਤੋਂ ਪੰਜਾਬ ਦੇ ਲੋਕਾਂ ਅਗੇ ਸਵਾਲ ਇਹ ਹੈ ਚਲੋ ਮੇਰਾ ਕਸੂਰ ਮੰਨ ਲੈਣਾ ਮੇਰਾ ਕਸੂਰ ਇਹ ਕਹਿੰਦੇ ਨੇ ਕਿ ਭਾਨਾ ਚਲੋ ਖਿਲਾਫ ਬੋਲਦਾ ਪਰ ਮੇਰੇ ਭਰਾ ਦਾ ਕੀ ਕਸੂਰ ਆ ਯਾਰ ਮੇਰੇ ਭਰਾ ਦਾ ਕਿਉਂ ਪੜ ਕੇ ਪਰਚੇ ਜਨਾਉ ਪਾਇਆ ਯਾਰ ਮੇਰੇ ਭਰਾ ਦਾ ਕੋਈ ਕਸੂਰ ਹੀ ਨਹੀਂ ਹੈਗਾ ਯਾਰ ਇਸ ਤੋਂ ਵੱਡੇ ਹੋਰ ਤੱਕਾ ਕੀ ਹੋਊਗਾ ਮੋਟਰ ਤੱਕਾ ਕੀ ਹੋਊਗਾ ਇਸ ਤੋਂ ਵੱਡਾ ਲ ਕੋਈ ਤੱਕਾ ਹੀ ਨਹੀਂ ਹੋ ਸਕਦਾ ਯਾਰ ਐਡਾ ਤੱਕਾ ਯਾਰ ਮੇਰੇ ਭਰਾ ਬਈ ਫੜਕੇ ਪਰਚੇ ਜਨੋਂ ਪਤਾ ਯਾਰ ਇਸ ਤੋਂ ਖਿਲਾਫ ਤਾਂ ਕੋਈ ਤੱਕਾ ਹੋ ਨਹੀਂ ਸਕਦਾ ਬਾਈ ਮੈਂ ਜਾਤ ਪਾਤ ਜਾਂ ਕਿਸੇ ਉਸ ਨੂੰ ਮੰਨਣ ਵਾਲਾ ਬੰਦਾ ਨਹੀਂ ਹੈਗਾ ਮੈਂ ਉਹ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਸ਼ਰਮੀਲਾਤੀ ਯਾਰ ਕਿਸੇ ਵੀ ਗੱਲ ਦੀ ਯਾਰ ਤੇ ਇਹ ਮੇਰੀ ਪੰਜਾਬ ਦੇ ਲੋਕਾਂ ਅਗੇ ਤੁਹਾਡੇ ਅਗੇ ਬੇਨਤੀ ਆ ਮੈਂ ਕੋਈ ਭੀਖ ਨਹੀਂ ਨਾ ਤੋ ਮੰਗ ਰਿਆ ਮੈਂ ਨਾ ਤੋ ਕੋਈ ਇਹ ਨਹੀਂ ਕਹਿ ਰਿਆ ਪਰਚਾ ਕਰਨਾ ਹੋਰ ਕਰ ਦੇਣ ਜਿੰਨੇ ਕਰਨਾ ਕਰ ਦੇਣ ਪਰ ਇਹਨਾਂ ਦਾ ਪਤਾ ਲੱਗਣਾ ਚਾਹੀਦਾ ਕਿ ਆ ਸਿਸਟਮ ਆ ਪੰਜਾਬ ਦਾ ਆ ਜਿਹੜੀ ਰਾਜਨੀਤੀ ਆ ਯਾਰ ਕਿੰਨੀਆਂ ਧਾਰਾਂ ਲਾ ਕੇ ਮੇਰੇ ਖਿਲਾਫ ਪਰਚਾ ਚੱਕਤਾ ਯਾਰ ਤੇ ਚਲੋ ਬਾਈ ਮਿਲਦੇ ਆ ਕਿਤੇ ਜੋ ਉਹਨਾਂ ਨੇ ਕਰਨਾ ਇਹਨਾਂ ਨੂੰ ਕਰਨ ਦੇ ਬਾਕੀ ਜੋ ਸਮਾਂ ਤਾਂ ਇਹ ਕਰਦਾ ਮੈਂ ਹੋਰ ਵੀ ਮੇਰੇ ਭਰਾਵਾਂ ਨਾਲ ਮੈਂ ਸਾਰਾ ਨਾਲ ਰਾਏ ਕਰਦਾ ਜਿਸ ਰਾਏ ਦੇ ਹਿਸਾਬ ਨਾਲ ਜੋ ਮੈਨੂੰ ਕਹਿਣਗੇ ਮੈਂ ਉਸ ਹਿਸਾਬ ਨਾਲ ਕੋਈ ਸਟੈਪ ਚੱਕੂਗਾ ਮੌਸ ਹਿਸਾਬ ਲਈ ਲੋਕਾਂ ਨਾਲ ਦੱਸੂਗਾ ਕਿ ਆ ਜਿਹੜਾ ਇਹਨਾਂ ਦੇ ਕਰਤੂਤਾ ਨੇ ਝਾੜੂ ਵਾਲਿਆਂ ਦੀਆਂ ਕਿ ਇਹ ਕੀ ਕਰ ਰਹੇ ਨੇ ਇਸ ਦੇ ਖਿਲਾਫ ਮੈਂ ਤੁਹਾਨੂੰ ਦੱਸੂਗਾ ਤੇ ਤੁਹਾਡਾ ਧੰਨਵਾਦ ਸਾਰਿਆਂ ਦਾ ਤੇ ਬਾਕੀ ਜਿੰਨੇ ਵੀ ਜੋਗਰਾਂ ਤੁਹਾਡੇ ਕੋਈ ਪੰਜਾਬ ਦੀ ਜਿਹੜੀ ਗਲਤ ਨੀਤੀਆਂ ਨਾਲ ਸਰਕਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਦਰਾਂਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ